ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਮੈਂ ਅੱਜ ਦੀ ਨਵੀਂ ਪੀੜ੍ਹੀ ਨੂੰ ਬਸ ਇਹੀ ਕਹਿਣਾ ਚਾਹਾਂਗੀ ਕਿ ਨਸ਼ੇ ਤੋਂ ਮੁਕਤ ਹੋਵੋ, ਨਸ਼ੇ ਨਾ ਕਰਿਆ ਕਰੋ ਅਤੇ ਆਪਣੇ ਮਾਂ ਬਾਪ ਦੀ ਰਿਸਪੈਕਟ ਕਰਿਆ ਕਰੋ। ਥੈਂਕ ਯੂ। ਤਾੜੀਆਂ ਮਾਰਦੇ ਪਰ ਬਹੁਤ ਵਧੀਆ ਮੈਸੇਜ ਦਿੱਤਾ ਕੁੜੀ ਨੇ। ਪੀਜ਼ਾ ਰੋਟੀ ਖਾਦੇ ਨਹੀਂ ਆਏ, ਤੁਹਾਡੇ ਤਾਂ ਤਾੜੀਆਂ ਵੀ ਨਹੀਂ ਵੱਜ ਰਹੀਆਂ। ਗੱਲਾਂ ਨਾਲ ਸੁਪਨੇ ਦਿਖਾਉਣਾ ਏ, ਪਿੱਛੋਂ ਆਖ ਦਿੰਦਾ ਮੈਂ ਤਾਂ ਜੋਕ ਕਰਦਾ। ਸੁਣੇ ਸੁਣੇ ਲੱਗਦੇ ਆ ਪੈਰ ਵੇ, ਦੁਨੀਆਂ ਨਾ ਜਾਵੇ ਮੋਰ ਮੰਗਣਾ। ਗੱਡੀ ਦੇ ਪਹੁੰਚਦੇ ਨਰਮ ਵੇ, ਤੇਰੀ ਵੀ ਪਾ ਦੇ ਕਿਤੇ ਜਾਂਦਣਾ। ਗੱਡੀ ਦੇ ਪਹੁੰਚਦੇ ਨਰਮ ਵੇ, ਤੇਰੇ ਵੀ ਪਾ ਦੇ ਕਿਤੇ ਜਾਂਦਣਾ। ਸੱਸ ਨੂੰ ਕਿੱਥੇ ਰਹਿੰਦੀ ਆ? ਉਹ ਆਉਂਦੇ ਨੇ
ਕਿਹਾ ਜਾਂਦਾ ਕਿ ਸਾਵਣ ਦੇ ਮਹੀਨੇ 'ਚ ਜਦ ਕੁੜੀਆਂ ਆਉਂਦੀਆਂ ਸੀ ਤਾਂ ਰਹਿੰਦੀਆਂ ਸੀ, ਪਰ ਜਿਹੜਾ ਆਪਣਾ ਇੱਕ ਪਟਿਆਲੇ ਦਾ ਇਤਿਹਾਸ ਹੈ, ਸਿੱਖ ਇਤਿਹਾਸ ਹੈ, ਇਸਦੇ ਵਿੱਚ ਆਪਣੇ ਕੋਈ ਪੁਰਾਣੇ ਮਤਲਬ ਜਿਵੇਂ ਰਾਜਾ ਹੁੰਦੇ ਸੀਗੇ, ਉਹਨਾਂ ਦਾ ਨਾਮ ਨਹੀਂ ਮੈਨੂੰ ਪਤਾ, ਬਟ ਉਹ ਨਾ ਜਿਵੇਂ ਕੋਈ ਵੀ ਕੁੜੀ ਹੁੰਦੀ ਸੀਗੀ ਉਹਨੂੰ ਮਤਲਬ ਚੱਕ ਕੇ ਲੈ ਜਾਂਦੇ ਸੀਗੇ ਅਤੇ ਉਹਨਾਂ ਨੂੰ ਮਤਲਬ ਰੱਖਦੇ ਸੀਗੇ, ਵੇਚ ਦਿੰਦੇ ਸੀ, ਕੈਦੀ ਬਣਾਉਂਦੇ ਸੀਗੇ, ਅਤੇ ਉਹਨਾਂ ਦਾ ਮਤਲਬ ਕਿ ਆਪਣੇ ਜਿਹੜੇ ਇੱਥੇ ਦੇ ਰਾਜਾ ਸੀਗੇ, ਨਾਮ ਨਹੀਂ ਉਹਨਾਂ ਯਾਦ ਰਹੇ, ਉਹਨਾਂ ਨੇ ਮਤਲਬ ਕਿ ਜਾ ਕੇ ਉਹ ਕੁੜੀਆਂ ਨੂੰ ਛੁਡਵਾਇਆ ਸੀਗਾ, ਅਤੇ ਜਦ ਉਹ ਕੁੜੀਆਂ ਆਪਣੇ ਘਰ ਆਈਆਂ ਉਹ ਬਹੁਤ ਹੀ ਖੁਸ਼ ਸੀਗੀਆਂ, ਉਹ ਨੱਚੀਆਂ, ਉਹਨਾਂ ਨੇ ਗਿੱਧੇ ਪਾਏ, ਅਤੇ ਉਹਦੇ ਕਰਕੇ ਵੀ ਮਤਲਬ ਇੱਕ ਉਹਨਾਂ ਨੂੰ ਆਜ਼ਾਦੀ ਮਿਲੀ ਸੀ ਉਸ ਦਿਨ, ਉਸੇ ਕਰਕੇ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ। ਥੈਂਕ ਯੂ। ਪੰਜਾਬੀ ਕਲਚਰ ਦੇ ਵਿੱਚ ਸੱਗੀ ਬੋਲਣਾ ਪਿਆ, ਇਹ ਦੱਸੋ ਕਿ ਤੁਸੀਂ ਚਲੋ ਲੜਕੀਆਂ ਸਾਰੀਆਂ ਅੱਜ ਇਕੱਠੀਆਂ ਹੋਈਆਂ ਪਟਿਆਲਾ, ਬਹੁਤ ਸੋਹਣੀਆਂ ਲੱਗਣ ਗਈਆਂ ਸਾਰੀਆਂ, ਵਧੀਆ ਤਿਆਰ ਹੋਈਆਂ, ਅਤੇ ਜੁੱਤੀ ਕਸੂਰੀ ਕਿਹਨੂੰ ਪਿਆ? ਅਤੇ ਇੱਕ ਗੱਲ ਮੈਂ ਤੁਹਾਨੂੰ ਪੁੱਛਦੀ ਹਾਂ, ਜਦੋਂ ਆਪਾਂ ਸਾਗ ਬਣਾਉਂਦੇ ਹਾਂ, ਸਾਗ ਬਣਾਉਣ ਵਿੱਚ ਆਪਾਂ ਨੂੰ ਕਿਹੜੀਆਂ ਕਿਹੜੀਆਂ ਵਿਧੀਆਂ ਵਰਤਣੀਆਂ ਪੈਂਦੀਆਂ ਸਾਗ ਬਣਾਉਣ ਵੇਲੇ? ਦੂਜਾ ਸਵਾਲ ਪੁੱਛਦੇ ਹਾਂ, ਜਿਵੇਂ ਮੱਝ ਸੂੰਦੀ ਆ, ਉਹਦਾ ਜਿਹੜਾ ਪਹਿਲਾ ਦੁੱਧ ਉਹਨੂੰ ਕੀ ਬੋਲਦੇ ਆ? ਅਤੇ ਜਿਹੜੀ ਸੱਚਰੀ ਜਿਹਨੂੰ ਆਪਾਂ ਕਹਿੰਦੇ ਹਾਂ ਮੱਝ ਦੁੱਧ ਚੋਣਦੇ ਹਾਂ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਧਾਰ ਕੱਢਣੀ ਤਾਂ ਕਹਿੰਦੇ ਹਾਂ, ਜਿਵੇਂ ਨਵੀਂ ਸੂਈ ਮੱਝ ਨੂੰ ਕੀ ਕਹਿੰਦੇ ਹਾਂ? ਨਵੇਂ ਸੁਰੇ ਡੰਗਰ ਨੂੰ ਆਪਾਂ ਕੀ ਕਹਿੰਦੇ ਹਾਂ? ਮੱਝ ਨੂੰ ਸੱਜਰ, ਸਵੇਰੀ ਲਵੇਰੀ ਕਿਹਨੂੰ ਕਹਿੰਦੇ ਆ? ਲਵੇਰੀ ਜਦੋਂ
ਡੱਡੂ ਬੋਲਦੇ ਨਿਆਣੇ ਡੁੱਬਣ ਦਾ।